ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ, ਜਿਹੜੇ ਵੀਰ ਆਪਣੀ ਇਹ ਵੀਡੀਓ ਫੇਸਬੁੱਕ ਪੇਜ 'ਤੇ ਦੇਖ ਰਹੇ ਨੇ, ਫੇਸਬੁੱਕ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ। ਅਤੇ ਜਿਹੜੇ ਵੀਰ ਆਪਣੇ ਖਾਸ ਤੌਰ 'ਤੇ ਯੂਟਿਊਬ ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਅਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ 'ਤੇ ਸੈੱਟ ਕਰ ਲਿਓ, ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ। ਸਭ ਤੋਂ ਪਹਿਲਾਂ ਅੱਜ ਦੀ ਕਿਸਾਨ ਵੀਰੋ ਜਿਹੜੀ ਆਪਣੀ ਵਿਜ਼ਿਟ ਹੈਗੀ ਆ, ਪਿੰਡ ਹੇਰਾਂ ਹੈਗੀ ਹੈ ਜੀ, ਤਹਿਸੀਲ ਨਕੋਦਰ, ਜ਼ਿਲ੍ਹਾ ਜਲੰਧਰ ਲੱਗਦਾ ਹੈਗਾ ਇਸ ਪਿੰਡ ਨੂੰ। ਅਤੇ ਪਸ਼ੂ ਦੋਸਤੋ ਇਸ ਘਰੋਂ ਆਪਾਂ ਤੁਹਾਨੂੰ ਤਕਰੀਬਨ ਚਾਰ ਦਿਖਾਉਣੇ ਆ। ਤਿੰਨ ਮੱਝਾਂ ਹੋਣਗੀਆਂ, ਦੋ ਮੱਝਾਂ ਹੋਣਗੀਆਂ ਜੀ, ਜਿਨ੍ਹਾਂ ਦੇ ਵਿੱਚ ਦੋਸਤੋ ਤੋਕੜ ਗੱਬਣ ਮੱਝਾਂ ਵੀ ਹੈਗੀਆਂ ਦੋ। ਇੱਕ ਝੋਟੀ ਹੋਵੇਗੀ ਦੋਸਤੋ, ਦੂਜਾ ਸੁਬਾਹ ਸੋਣੀ ਹੈ ਬਿਲਕੁਲ ਤਾਜ਼ੀ, ਅੱਗੇ ਕੋਈ 10 ਕੁ ਦਿਨ ਦਾ ਸਮਾਂ ਲੈ ਜੂਗੀ। ਅਤੇ ਇੱਕ ਵੈੜ ਦਿਖਾਵਾਂਗੇ ਤੁਹਾਨੂੰ, ਵੈੜ ਦੀ ਪੂਰੀ ਇਨਫੋਰਮੇਸ਼ਨ ਵੀ ਜਿਹੜੀ ਆ ਵੀਰ ਤੋਂ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ, ਠੀਕ ਆ। ਅਤੇ ਖਾਸ ਵਿਜ਼ਿਟ ਜਿਹੜੀ ਹੈਗੀ ਆ ਤੁਹਾਨੂੰ ਪਿੰਡ ਦੋਸਤੋ ਹੇਰਾਂ ਕਰਨੀ ਪੈਣੀ ਆ। ਅਤੇ ਮੁੱਧ ਪਿੰਡ ਬਿਲਕੁਲ, ਸੈਦਪੁਰ ਪਿੰਡ ਬਿਲਕੁਲ ਲਾਗੇ ਹੈਗਾ, ਅਤੇ ਮਾਲੜੀ ਸਾਹਿਬ ਮਾਲੜੀ ਬਿਲਕੁਲ ਨਜ਼ਦੀਕ ਹੈਗਾ। ਅਤੇ ਨਕੋਦਰ ਤੋਂ ਜਿਹੜੀ ਆ ਦੋਸਤੋ ਘੱਟੋ ਘੱਟ ਵੀ ਦੂਰੀ ਆ, ਕੋਈ 8 ਕੁ ਕਿਲੋਮੀਟਰ ਦੀ ਦੂਰੀ ਹੈਗੀ ਆ ਨਕੋਦਰ ਸ਼ਹਿਰ ਤੋਂ ਇਸ ਪਿੰਡ ਦੀ। ਸੋ ਦੋਸਤੋ ਬਾਕੀ ਜਿਹੜੀ ਵੀਡੀਓ ਆਪਾਂ 22 ਫਰਵਰੀ ਨੂੰ ਬਣਾ ਰਹੇ ਹਾਂ, ਅਤੇ ਸਮਾਂ ਜਿਹੜਾ ਦੋਸਤੋ ਸ਼ਾਮ ਦਾ 4 ਵਜੇ ਦਾ ਹੈਗਾ, ਠੀਕ ਆ ਜੀ। ਅਤੇ ਪਸ਼ੂ ਆਪਾਂ ਵੀਰ ਤੋਂ ਪੂਰੀ ਜਾਣਕਾਰੀ ਲੈਣੀ ਹੈਗੀ, ਇਹਨਾਂ ਐਨੀਮਲਸ ਦੇ ਰਿਗਾਰਡਿੰਗ ਪੂਰੀ ਇਨਫੋਰਮੇਸ਼ਨ ਲੈ ਕੇ ਆਪਾਂ ਤੁਹਾਡੇ ਨਾਲ ਜਿਹੜੀ ਸ਼ੇਅਰ ਕਰਦੇ ਹਾਂ। ਚੱਲਦੇ ਹਾਂ ਵੀਰ ਦੇ ਕੋਲ ਵਧੇਰੇ ਡਿਟੇਲ ਦੇ ਲਈ, ਕਰ ਲੈਂਦੇ ਹਾਂ ਗੱਲਬਾਤ ਇਹਨਾਂ ਪਸ਼ੂਆਂ ਦੇ ਸੰਬੰਧ ਵਿੱਚ। ਆ ਜਾਓ ਵੀਰ। ਹਾਂ, ਸਭ ਤੋਂ ਪਹਿਲਾਂ ਵੀਰ ਜੀ ਸਤਿ ਸ਼੍ਰੀ ਅਕਾਲ। ਸੰਧੂ ਫਾਰਮ ਦੇ ਜਿਹੜਾ ਵੀ ਯੂਟਿਊਬ ਚੈਨਲ ਵੇਖਦਾ, ਬਹੁਤ ਬਹੁਤ ਧੰਨਵਾਦ। ਠੀਕ ਆ, ਅਤੇ ਇੱਕ ਵੀਰ ਜੀ ਆਪਣਾ ਨਾਮ ਆਪਣੇ ਭੈਣ ਭਰਾਵਾਂ ਨੂੰ ਜ਼ਰੂਰ ਦੱਸ ਦਈਏ ਜੀ। ਮੇਰਾ ਨਾਮ ਕਰਨਦੀਪ ਸਿੰਘ। ਠੀਕ ਹੈ ਜੀ। ਪਿੰਡ ਹੇਰਾਂ। ਹਾਂਜੀ। ਤਹਿਸੀਲ ਨਕੋਦਰ। ਹਾਂਜੀ। ਜ਼ਿਲ੍ਹਾ ਜਲੰਧਰ। ਜ਼ਿਲ੍ਹਾ ਜਲੰਧਰ ਆ ਗਿਆ। ਹਾਂਜੀ। ਕਰਨ ਵੀਰੇ ਨਾਲ ਲੱਗਦੇ ਪਿੰਡ ਹੋਰ ਕਿੰਨੇ ਆਪਣੇ ਜਿਹੜੇ? ਮੁੱਧ ਪਿੰਡ ਲੱਗ ਗਿਆ, ਸੈਦਪੁਰ। ਹਾਂਜੀ, ਸੈਦਪੁਰ ਲੱਗ ਗਿਆ, ਮਾਲੜੀ ਸਾਹਿਬ ਲੱਗ ਗਿਆ। ਮਾਲੜੀ ਸਾਹਿਬ ਲੱਗ ਗਿਆ, ਉੱਗੀ ਜ਼ਿਆਦਾ ਮਸ਼ਹੂਰ ਆ। ਬਿਲਕੁਲ। ਹਾਂਜੀ। ਤੇ ਕਾਲਾ ਸੰਘਿਆ ਦੀ ਦੂਰੀ ਕਿੰਨੀ ਕਿੱਥੋਂ ਹੋਵੇਗੀ? ਕਾਲੇ ਸੰਘਿਆ ਦੀ ਹੋਊਗੀ ਘੱਟੋ ਘੱਟ 12-13 ਕਿਲੋਮੀਟਰ। ਨਕੋਦਰ 8 ਕੁ ਕਿਲੋਮੀਟਰ ਰਹੇਗਾ। 8 ਕਿਲੋਮੀਟਰ। ਠੀਕ ਆ। ਅਤੇ ਅੱਜ ਵੀਰੇ ਆਪਣੇ ਕੋਲ ਪਸ਼ੂ, ਮੈਂ ਜਿੱਦਾਂ ਜ਼ਿਕਰ ਕਰ ਦਿੱਤਾ ਵੀ ਦੋ ਮੱਝਾਂ ਹੈਗੀਆਂ ਜਿਹੜੀਆਂ ਤੋਕੜ ਕੱਪਣ, ਇੱਕ ਤਾਜ਼ੀ ਸੂਣ ਦੇ ਵਿੱਚ ਤੁਹਾਡੇ ਮਗਰ ਜਿਹੜੀ ਝੋਟੀ ਖੜੀ ਆ, ਇੱਕ ਵੈੜ ਆਪਣੇ ਘਰ ਦੀ ਵੈੜ ਆ, ਉਹ ਵੀ ਆਪਾਂ ਸੇਲ ਕਰਦੇ ਪਏ ਹਾਂ। ਠੀਕ ਆ। ਅਤੇ ਵੀਰ ਪਹਿਲੇ ਨੰਬਰ 'ਤੇ ਜਿਹੜੀ ਇਹ ਝੋਟੀ ਹੈ, ਇਹਦੀ ਪੂਰੀ ਡਿਟੇਲ ਦੱਸ ਦਿਓ ਵੀ ਇਹ ਸੂਆ ਕਿਨਵਾਂ ਸੂਣਾ ਅਤੇ ਕਿੰਨੇ ਕੁ ਦਿਨ ਹਜੇ ਬਾਕੀ ਹੈ? ਇਹ ਦੂਜੇ ਦਿਨ ਸੂਣੀ ਆ। ਠੀਕ ਹੈ ਜੀ। 12-13 ਦਿਨ ਲਊਗੀ। ਠੀਕ ਹੈ ਜੀ। ਹਾਂਜੀ। ਸੋ ਦੋਸਤੋ 12-13 ਦਿਨ ਦਾ ਸਮਾਂ ਲੈ ਜੂਗੀ ਦੂਜਾ ਸੂਆ ਇਹ ਝੋਟੀ ਸੂਣੀ ਆ। ਠੀਕ ਆ। ਅਤੇ ਸੋਹਣੇ ਕੱਦ ਦੇ ਵਿੱਚ ਆ, ਵੱਡੇ ਪਿੰਡੇ ਦੀ ਆ, ਵੱਡੇ ਪੁੱਠੇ ਦੀ ਆ, ਅਤੇ ਕੱਦ ਕਾਠੀ ਬਹੁਤ ਪਿਆਰਾ, ਵੱਡਾ ਕੱਦ ਕਾਠਾ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ। ਆ ਛੋਟੀ ਜੀ ਮੱਝ ਨਹੀਂ ਆ, ਜਾਂ ਛੋਟੀ ਜੀ ਝੋਟੀ ਨਹੀਂ ਆਪਾਂ ਕਹਾਂਗੇ, ਆ ਤੁਸੀਂ ਬਿਲਕੁਲ ਵੇਖੋਗੇ ਵੇਲ ਪੱਖੋਂ ਵੇਖੋਗੇ ਅਤੇ ਲੰਬਾਈ ਪੂਰੀ ਆ, ਉੱਚਾਈ ਪੂਰੀ ਆ, ਉਲਟ ਬਹਿਣੀ ਵਾਲੇ ਪਾਸਿਓਂ ਤੁਸੀਂ ਜੇਕਰ ਦੇਖਣੀ ਹੋਵੇ ਤਾਂ ਦੋਸਤੋ ਥਣਾਂ ਦੀ ਕੁਆਲਿਟੀ ਜ਼ਰੂਰ ਚੈੱਕ ਕਰੋ। ਠੀਕ ਆ। ਬਿਲਕੁਲ ਇੱਦਾਂ ਦਾ ਥਣ ਆ, ਅਤੇ ਮੁੱਠੀ 'ਚ ਜਿਹੜਾ ਆਉਣ ਵਾਲਾ ਥਣ ਆ ਦੋਸਤੋ, ਲੰਬਾਈ ਥਣਾਂ ਦੀ ਅਤੇ ਵਿੱਚ ਡਿਫਰੈਂਸ ਜਿਹੜਾ ਗੈਪ ਅੰਤਰ ਪੂਰਾ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਲਓ। ਅਤੇ ਕਰਨ ਭਾਈ ਕਿੰਨੇ ਕੁ ਦਿਨ ਬਾਕੀ ਜਾਂਦੇ ਸੂਣ 'ਚ ਜੀ? 12-13 ਦਿਨ ਲਊਗੀ ਜੀ। ਅੱਜ ਤੋਂ ਜੇਕਰ ਆਪਾਂ 22 ਫਰਵਰੀ ਤੋਂ ਵੇਖੀਏ, ਹਾਂਜੀ, ਅਤੇ ਗਾਂ ਮਤਲਬ ਕਿ ਮਾਰਚ ਚੜ੍ਹੇ, ਮਾਰਚ ਮਹੀਨੇ 2-3 ਤਰੀਕ ਤੱਕ ਹਾਂਜੀ ਸੂਪ ਹੋਊਗੀ। ਅਤੇ ਫਿਰ ਚੱਲੂ ਵੀ, ਫਿਰ ਆਪਾਂ ਨੂੰ ਹੁਣ ਪਤਾ ਵੀ ਜਿਹੜਾ ਹੁਣ ਦਾ ਪਸ਼ੂ ਸੋਇਆ ਚੱਲੂ ਵੀ ਗਰਮੀ ਭਾਰੀ, ਗਰਮੀ ਭਾਰੀ ਚੱਲੂਗੀ। ਠੀਕ ਆ। ਅਤੇ ਇਹ ਤਾਂ ਕਰਨ ਭਾਈ ਕਿੰਨਾ ਮੁੱਲ ਕਿੰਨਾ ਲੈ ਦੇ, ਕੀ ਆ ਡਿਮਾਂਡ ਕਿੰਨੀ ਹੈ ਅਤੇ ਕਿੱਥੋਂ ਤੱਕ ਜਿਵੇਂ ਆਪਾਂ ਛੱਡ ਦੇਣੀ ਕਹਿ ਲਓ? ਇਹਦਾ ਆਪਾਂ 1 ਲੱਖ ਕਰਦੇ ਹਾਂ। ਡਿਮਾਂਡ 1 ਲੱਖ ਹੀ ਹੈ ਜੀ? ਹਾਂਜੀ। ਵਿੱਚੋਂ ਮਾਨਤਨ ਹੋ ਜੂਗਾ? ਅਤੇ ਆਪਾਂ 3000 ਕਰਦਾ, ਵਿੱਚੋਂ 3000 ਲੈਸ ਹੈ। ਹਾਂਜੀ। 97 ਦੀ ਕਰਦੇ ਪਏ ਜੀ, ਆਪਾਂ ਫਿਕਸ ਕਰਦੇ ਹਾਂ। ਠੀਕ ਆ। ਹਾਂਜੀ ਠੀਕ ਆ। ਬਾਕੀ 1 ਲੱਖ ਰੁਪਈਆ ਮੁੱਲ ਆ, ਹੈ ਨਾ? ਬਾਕੀ ਛੋਟ ਹੀ ਹੋਊਗੀ। ਠੀਕ ਆ ਜੀ। ਆਪਾਂ ਪੂਰਾ ਕੀਤਾ ਵਾ।
ਠੀਕ ਆ ਹਾਂਜੀ। ਸੋ ਦੋਸਤੋ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਵੀਰਾਂ ਦਾ ਵੀ। ਹਾਂਜੀ ਖੋਲ ਕੇ ਦਿਖਾਈਏ। ਹਾਂ ਦਿਖਾਈਏ ਖੋਲ ਕੇ ਜੀ, ਦਿਖਾਇਓ ਖੋਲ ਕੇ। ਸੋ ਦੋਸਤੋ ਜ਼ਰੂਰ ਨੋਟ ਕਰ ਲਿਓ, 1,00,000 ਰੁਪਈਆ ਝੋਟੀ ਦੀ ਡਿਮਾਂਡ ਆ ਅਤੇ ਇਹ ਵਿੱਚੋਂ 3,000 ਜਿਹੜਾ ਲੈਸ ਆ, ਠੀਕ ਆ, ਅਤੇ 97,000 ਦੀ ਜਿਹੜੀ ਲਾਸਟ ਹੁੰਦੀ ਆ, ਵੱਡੇ ਕੱਦਗੜ ਦੇ ਵਿੱਚ ਆ, ਹਰ ਪੱਖੋਂ ਜਿਹੜੀ ਪੂਰੀ ਆ, ਠੀਕ ਆ, ਬਿਲਕੁਲ ਸੂਣ ਦੇ ਵਿੱਚ। ਹਜੇ ਦੋਸਤੋ 10 ਦਿਨ ਬਾਕੀ ਆ ਅਤੇ ਸਿੰਘਾਂ ਸੁੰਘਾਂ ਦੀ ਬਹੁਤ ਬਣਤਰ ਜਿਹੜੀ ਹੈਗੀ ਆ, ਬੇਸ਼ੱਕ ਪਿੱਛੇ ਨੂੰ ਥੋੜ੍ਹੇ ਸਿੰਘ ਮੁੜੇ ਆ, ਗੋਲ ਰਾਊਂਡ ਸ਼ੇਪ ਦੇ ਵਿੱਚ ਆ, ਅਤੇ ਪੁੱਠਾ ਪੱਠਾ ਬਹੁਤ ਵਧੀਆ ਸਿੰਗਲ ਹੱਡੀ ਦੇ ਵਿੱਚ ਆ, ਠੀਕ ਆ। ਠੀਕ ਆ, ਅਤੇ ਲਾਏ ਪਈ ਆ, ਇੱਕ ਵਾਰ ਥੋੜ੍ਹਾ ਹੋਰ ਘੁਮਾ ਦਈਏ ਮਾੜਾ ਜਿਹਾ, ਠੀਕ ਆ, ਲਾਏ ਪਈ ਆ ਦੋਸਤੋ। ਬਾਕੀ ਤੁਸੀਂ ਵੇਖੋ, ਬਹਿਣੀ ਵਾਲੇ ਪਾਸੇ ਤੋਂ ਵੇਖੀਏ ਅਤੇ ਮਗਰੋਂ ਵੇਖੀਏ ਜਾਂ ਉਲਟ ਬਹਿਣੀ ਵਾਲੇ ਪਾਸੇ ਵੇਖੀਏ ਅਤੇ ਥਣਾਂ ਦੀ ਬਰਾਬਰਤਾ ਪੂਰੀ ਹੈ, ਸਾਈਜ਼ ਪੂਰਾ ਹੈਗਾ, ਅਤੇ ਹਵਾਨਾ ਵੀ ਜਿਹੜਾ ਦੋਸਤੋ ਬਿਲਕੁਲ ਪੱਧਰ ਆ, ਅਤੇ ਬਣਾਊਗੀ ਹਜੇ ਕਾਫੀ ਜ਼ਿਆਦਾ ਕਿਉਂਕਿ ਢਿੱਲਾ ਢੁੱਲਾ ਬਹੁਤ ਜ਼ਿਆਦੀਆਂ ਨੇ, ਦਿਨਾਂ ਦੇ ਹਿਸਾਬ ਨਾਲ ਜਿਹੜਾ ਦੋਸਤੋ ਬਣਾ ਕੇ ਤਿਆਰ ਕਰਨਾ। ਆਹ ਬੈਕ ਸਾਈਡ ਤੋਂ ਜ਼ਰੂਰ ਚੈੱਕ ਕਰ ਲਓ, ਠੀਕ ਆ। 1,00,000 ਡਿਮਾਂਡ ਆ ਦੋਸਤੋ, ਅਤੇ 97,000 ਦੀ ਜਿਹੜੀ ਆ ਵੀਰਾਂ ਦਾ ਵੀ ਲਾਸਟ ਜਿਹੜੀ ਲੈ ਦੀ ਹੋਵੇਗੀ, ਜੈਸਨੋ ਆ, ਠੀਕ ਆ। ਇਸ ਤੋਂ ਬਾਅਦ ਆਪਾਂ ਤੁਹਾਨੂੰ ਹੋਰ ਵੀ ਜਿਹੜੇ ਪਸ਼ੂ ਆ ਉਹ ਵੀ ਦਿਖਾਉਣੇ ਆ ਜੀ। ਠੀਕ ਆ, ਇਸ ਤੋਂ ਬਾਅਦ ਵੀਰੇ ਇਹ ਦੋਵੇਂ ਜਿਹੜੀਆਂ ਮੱਝਾਂ ਨੇ, ਇਹ ਦੋਵੇਂ ਤੋਕੜ ਕੱਢਣਾ ਜੀ। ਹਾਂਜੀ, ਇਹ ਤੋਕੜ ਕੱਢਣਾ ਜੀ। ਠੀਕ ਆ, ਪਹਿਲਾ ਨੰਬਰ ਜਿਹੜੀ ਇਹ ਮੱਝ ਆ ਜੀ, ਆ ਬਿਲਕੁਲ 5 ਕਲੈਣੀ ਵਿੱਚ ਆ ਜਾਂਦੀ ਆ, ਠੀਕ ਆ, ਤੇ ਵਾਈਟ ਮਾਰਕਿੰਗ ਪੈਰ ਧੋਤੇ ਦੀ ਆਪਾਂ ਗੱਲ ਕਰ ਲਈਏ। ਇਹ ਵੀਰ ਕਿਨਵਾਂ ਸੂਆ ਸੂਈ ਹੈ ਭਲਾ? ਇਹ ਜੀ, ਹਾਂਜੀ, ਇਹ ਆਪਣੇ ਕੋਲ ਤੀਜਾ ਸੂਆ ਸੂਈ ਹੈ। ਤੀਜਾ ਸੂਆ ਸੂਈ ਸੀ, ਹਾਂਜੀ। ਇਹ ਆਪਣੇ ਕੋਲ ਕੋਈ 2 ਸੂਬੇ ਚੱਲੀ ਹੈ ਜਾਂ ਆਪਾਂ ਪਿੱਛੋਂ ਵਪਾਰ ਦੀ ਲੈਣ ਚੋਂ ਲਿਆਂਦੀ ਹੋਈ ਹੈ? ਇਹ ਸੂਆ ਆਪਾਂ ਸਾਰਾ ਪੀਤਾ ਪੀਤਾ ਆ, ਗਾੜੀ ਆਪਾਂ ਆਪ ਹੀ ਮਤਲਬ ਗਾੜੀ ਹੁਣ 2.5 ਮਹੀਨੇ ਦੀ ਗੱਭਣ। ਹਾਂ, ਤੇ ਇਹਦੇ ਥੱਲੇ 7 ਤੋਂ ਲੈ ਕੇ 8 ਕਿਲੋ ਦੁੱਧ ਦਾ ਠੰਡਾ ਮਿਲਦਾ। ਦੋਵੇਂ ਟਾਈਮ ਮਿਲਦੀ ਆ? ਦੋਵੇਂ ਟਾਈਮ ਮਿਲਦੀ ਆ, ਤੇ 2.5 ਮਹੀਨੇ ਚੈੱਕ ਪਾਸ? ਹਾਂ, ਚੈੱਕ ਪਾਸ। ਆਪਾਂ ਹੱਥੀ ਕਰਾ ਲਈਏ ਡਾਕਟਰ ਤੋਂ? ਠੀਕ ਕਰਾ ਲੈਣਾ। ਹਾਂਜੀ, ਟੀਕਾ 2 ਟਾਈਮ ਲੈਂਦੀ ਆ। ਠੀਕ ਆ, ਟੀਕਾ ਲੈਂਦੀ ਹੈ? ਹਾਂ, ਦੋਵੇਂ ਟਾਈਮ ਨੇਕੀ ਮਾੜਾ ਜਿਹਾ ਟੀਕਾ ਲੈਂਦੀ ਹੈ। ਹਾਂਜੀ, ਤੇ ਮਾੜੀ ਗਾੜੀ ਖਲ ਪਾ ਉਹਦੇ ਐ ਚੋ ਗਏ। ਠੀਕ ਆ ਭਾ, ਹਾਂਜੀ, ਠੀਕ ਆ। ਤੇ ਚੈੱਕ ਕਰਾਈ ਨੂੰ ਅੱਜ ਵੀਰ ਕਿੰਨੇ ਕੁ ਦਿਨ ਹੋ ਗਏ ਵੈਸੇ ਇਹਨੂੰ? ਇਹਨੂੰ ਆਪਾਂ ਚੈੱਕ ਕਰਾਈ ਨੂੰ ਹੋ ਗਏ ਆ 7-8 ਦਿਨ। 7-8 ਦਿਨ ਹੋ ਗਿਆ ਸਮਾਂ। ਹਾਂਜੀ, ਠੀਕ ਆ। ਤੇ ਮੱਝ ਦੋਸਤੋ ਤੁਸੀਂ ਵੇਖ ਲਓ, ਅੱਗੇ ਤੀਜੇ ਲਈ ਕੱਢਣਾ ਜਾਂ ਚੌਥੇ ਲਈ ਕੱਢਣਾ ਜੀ? ਚੌਥੇ ਜੀ, ਅੱਗੇ ਚੌਥੇ ਲਈ। ਹੁਣ ਤੀਜਾ ਸੂਆ ਚੱਲ ਰਿਹਾ ਦੁੱਧ ਜਿਹੜਾ 7 ਕਿਲੋ ਹੈਗਾ, ਠੀਕ ਆ, ਤੇ ਹੁਣ ਚੋ ਲਈ ਹੈ, ਠੀਕ ਆ ਜੀ। ਚਵਾਈ ਦਾ ਟਾਈਮ ਸੀਗਾ ਵੀਰ, ਹੁਣ ਜਿਹੜੀ ਚਵਾਈ ਆ ਉਹ ਕਰ ਲਈ ਹੈ, ਮੇਰੇ ਤੋਂ ਆਉਣ ਤੋਂ ਕੁਝ ਕੁ ਸਮਾਂ ਪਹਿਲਾਂ ਜਿਹੜੀ ਚਵਾਈ ਹੈ 15-20 ਮਿੰਟ ਪਹਿਲਾਂ ਹੋ ਚੁੱਕੀ ਸੀਗੀ, ਤੇ ਟੀਕਾ ਲੈਂਦੀ ਹੈ, ਠੀਕ ਆ। ਟੀਕਾ ਦਰਮਿਆਨਾ ਤੁਸੀਂ ਕੋਈ 1-1.5 ਗੈਮਲ ਜਿਹੜਾ ਦੋਸਤੋ ਟੀਕਾ ਜਿਹੜਾ ਲਾ ਕੇ ਉਸ ਤੋਂ ਬਾਅਦ ਪਸਮ ਜਾਂਦੀ ਹੈ, ਅਤੇ ਜਿਹੜਾ ਬਾਅਦ ਵਿੱਚ ਤੁਸੀਂ ਧਾਰ ਚਵਾਈ ਕਰ ਸਕਦੇ ਜੇ। ਬਾਕੀ ਫੇਸ ਦੀ, ਮੂੰਹ ਮੱਥੇ ਦੀ, ਸਿੰਘਾਂ ਦੀ ਬਣਤਰ ਤੁਸੀਂ ਵੇਖ ਲਓ, ਠੀਕ ਆ ਜੀ। ਅਤੇ ਸਿੰਘ ਬੇਸ਼ੱਕ ਹੈਗੇ ਆ ਵੱਡੇ ਆ, ਥੋੜ੍ਹਾ ਜਿਹਾ ਖਿਲਾਰ ਦੇ ਵਿੱਚ ਨੇ ਸਿੰਘ, ਉਹ ਤੁਸੀਂ ਧਿਆਨ ਦੇ ਵਿੱਚ ਵੀਡੀਓ ਦੇ ਵਿੱਚ ਵੇਖ ਕੇ ਰੱਖ ਹੀ ਲੈਣੇ ਆ। ਅਤੇ ਦੁੱਧ ਜਿਹੜਾ ਦੋਸਤੋ 7 ਲੀਟਰ ਦਰਮਿਆਨ ਜਿਹੜਾ ਦੁੱਧ ਆ, ਅਤੇ 2.5 ਮਹੀਨੇ ਦੀ ਚੈੱਕ ਪਾਸ ਆ, ਠੀਕ ਆ। ਬਾਕੀ ਥਣਾਂ ਦੀ ਤੁਸੀਂ ਉਲਟ ਬਹਿਣੀ ਵਾਲੇ ਪਾਸੇ ਜ਼ਰੂਰ ਦੇਖ ਲਓ, ਠੀਕ ਆ ਜੀ। ਅਤੇ ਚਵਾਚੂ ਵੀਰੇ ਥਣਾਂ ਦਾ, ਸਾਰਿਆਂ ਦਾ ਚੌਂ ਦਾ ਵਧੀਆ ਵਰਦਾ ਜੀ, ਭੋਰ ਚਿੱਟਾ ਨਹੀਂ ਕੋਈ, ਐਨ ਫੁਹਾਰਿਆਗਾ, ਠੀਕ ਆ ਜੀ। ਹਾਂਜੀ, ਖੁੱਲ੍ਹ ਗਏ ਬਈ? ਹਾਂਜੀ, ਖੋਲ੍ਹੋ ਜੀ ਇਸ ਕੋਲ ਕੀ? ਹਾਂ, ਇਸ ਕੋਲ ਜੀ, ਠੀਕ ਆ। ਦੋਸਤੋ ਡਿਟੇਲ ਜਿਹੜੀ ਆ ਵੀਰ ਨੇ ਬਿਲਕੁਲ ਸਾਂਝੀ ਕਰਤੀ ਆ, ਵੀ ਕਹਿਣ ਤੋਂ ਭਾਵੇ ਆ ਵੀ 2.5 ਮਹੀਨੇ ਦੀ ਚੈੱਕ ਪਾਸ ਹੈ, ਚੰਗਾ ਜੀ। ਅਤੇ ਟੀਕੇ ਤਾਂ ਮਿਲਦੀ ਆ, ਦੋਵੇਂ ਟਾਈਮ ਤੁਸੀਂ ਟੀਕਾ ਲਾ ਸਕਦੇ ਹੋ, ਅਤੇ ਬਿਲ ਬੇਸ਼ੱਕ ਜਿਹੜੀ ਇਹ ਮੱਝ ਲੈ ਕੇ ਜਾ ਸਕਦੇ ਹੋ, 2.5 ਮਹੀਨੇ ਦੀ ਗੱਭਣ ਚੈੱਕ ਪਾਸ ਆ। ਬਾਕੀ ਆਪਦਾ ਡਾਕਟਰ ਤੁਸੀਂ ਨਾਲ ਲੈ ਕੇ ਆਓ, ਤਸੱਲੀ ਦੇ ਲਈ ਦੋਸਤੋ, ਆਪ ਵੀ ਚੈੱਕ ਪਾਸ ਕਰਾ ਸਕਦੇ ਹੋ, ਠੀਕ ਆ। ਲੈ ਜਾਓ, ਸਿੱਧਾ ਲੈ ਜਾਓ, ਸਿੱਧਾ। ਕਮਾਲ ਜੀ, ਬਗਾੜੀ ਪਕੜੋ।
ਠੀਕ ਹੈ ਜੀ, ਠੀਕ ਆ। ਅਤੇ ਕਰਨ ਭਾਅ ਜੀ ਕਿੰਨੀ ਇਹਦੀ ਕੀਮਤ ਕੀ ਆ, ਡਿਮਾਂਡ ਕੀ ਆ ਇਸ ਮੱਝ ਦੀ? ਇਹਦੀ ਆਪਾਂ 55,000 ਕਰਦੇ ਹਾਂ। ਠੀਕ ਆ ਜੀ, ਹਾਂਜੀ 55,000 ਅਤੇ ਇਹ ਆਪਾਂ 50,000 ਦੀ ਦੇ ਦਾਂਗੇ। 50 ਦੀ? ਹਾਂਜੀ 50 ਜੋ ਛੋਟ ਹੀ ਹੋਣੀ ਆ ਕੋਈ, ਥੋੜ੍ਹੀ ਪਾਤੀ ਵੀ ਘਰ ਆਇਆਂ ਦੀ ਜਿੰਨੀ ਵੀ ਆਪਾਂ ਕਰ ਦਾਂਗੇ। ਠੀਕ ਆ ਜੀ, ਮੈਂ ਚੰਗੀ ਹੈ। ਠੀਕ ਆ, ਬਾਕੀ ਚਬਾਈ ਚੁਬਾਈ ਤੁਸੀਂ ਕੀਤੀ ਆ, ਹੁਣ ਪੂਰਾ ਸੀਜ਼ਨ ਹੀ ਕਰ ਲਈ ਇੱਕ ਹਿਸਾਬ ਦੀ? ਪੂਰਾ ਚੀਰਾ ਦਿੱਤੀ ਆ। ਠੀਕ ਆ, ਅਤੇ ਬਾਕੀ ਦੁੱਧ ਕਿੰਨਾ ਕੁ? ਵੈਸੇ 12-11 ਲੀਟਰ ਤਾਂ ਚੋਂਦੀ ਰਹੀ ਹੈ ਪੀਕ ਤੇ, ਸੱਜੇ ਸੀ ਉਦੋਂ 11-12 ਕਿਲੋ ਚੋਂਦੀ ਰਹੀ ਚੋਂਦੀ ਰਹੀ ਹੈ। ਠੀਕ ਆ ਜੀ, ਅਤੇ 50 ਦੀ ਜਿਹੜੀ ਆ ਦੋਸਤੋ ਲਾਸਟ ਹੋ ਜੂਗੀ। ਠੀਕ ਆ, ਇਸ ਤੋਂ ਬਾਅਦ ਇੱਕ ਹੋਰ ਮਾਝ ਆ, ਬਾਕੀ ਤੁਸੀਂ ਵੇਖ ਸਕਦੇ ਹੋ ਬੋਡੀ ਬਣਤਰ ਦੀ ਚੰਗੀ ਹੈ, ਕੱਦ ਕੱਠ ਜਿਹੜਾ ਦੋਸਤੋ ਨੋਰਮਲੀ ਵੇਖੀਏ ਤਾਂ ਵੱਡੇ ਕੱਦ ਕੱਠ ਦੇ ਵਿੱਚ ਆ, ਅਤੇ ਗੱਭਣ ਹੈਗੀ ਹੈ, ਪੁੱਛਦੇ ਕਿੰਨੇ ਸਮੇਂ ਦੀ ਗੱਭਣ ਹੈ, ਅਤੇ ਵੀਰ ਕਿੰਨੇ ਚਿਰ ਦੀ ਗੱਭਣ ਅਤੇ ਸੂਆ ਕਿਨਵਾਂ, ਮਤਲਬ ਹੁਣ ਚੱਲ ਰਿਹਾ ਅਤੇ ਗੱਭਣ ਕਿਨਵੇਂ ਸੂਏ ਦੀ ਹੈ? ਇਹ ਗੱਭਣ ਹੈਗੀ ਹੈ ਜੀ ਤੀਜੇ ਸੂਏ ਦੀ। ਹਾਂਜੀ, ਅਤੇ ਇਹਨੂੰ 7ਵਾਂ ਮਹੀਨਾ ਲੱਗਾ ਵਾ। ਠੀਕ ਹੈ ਜੀ, ਅਤੇ ਇਹਦਾ ਇੱਕ ਵੇਲੇ 4 ਕਿਲੋ ਦੁੱਧ ਆ, ਇੱਕ ਟਾਈਮ ਮਿਲਦੀ ਹੈ। ਅੱਛਾ, ਇੱਕ ਟਾਈਮ ਮਿਲਦੀ? ਹਾਂਜੀ, ਮਗਰ ਉਹ ਕੱਟੀ ਹੈ। ਠੀਕ ਆ, ਹੁਣ ਦੂਜੇ ਸੂਏ 'ਚ ਚੱਲਣ ਡਈ ਨਾ? ਹਾਂਜੀ, ਤੀਜੇ 'ਚ ਗੱਭਣ ਆ ਗਏ, ਦੂਜੇ ਚੱਲਣ ਡਈ। ਹਾਂ, ਦੂਜੇ 'ਚ ਚੱਲਦੀ ਹੈ ਪ੍ਰੈਜੈਂਟ, ਤੀਜੇ ਲਈ ਗੱਭਣ। ਅਤੇ 7 ਮਹੀਨੇ ਪੂਰੇ ਕੰਪਲੀਟ ਹੋ ਗਿਆ ਜਾਂ 7ਵਾਂ ਮਹੀਨਾ ਲੱਗਾ ਜੀ? 7ਵਾਂ ਲੱਗਾ ਜੀ। ਲੱਗਾ, ਬਾਕੀ ਦੋਸਤੋ ਇੱਦਾਂ ਦਾ ਥਣ ਜੇ। ਠੀਕ ਆ, ਪੁੱਠੇ ਪਾਸੋਂ ਜੇਕਰ ਉਲਟ ਬਹਿਣੀ ਦੀ ਗੱਲ ਕਰੀਏ ਤਾਂ ਇਹੋ ਜਿਹਾ ਥਣ, ਥਣ ਥੁਣ ਦੀ ਜਿਹੜੀ ਆ ਸ਼ੇਪ ਬਿਲਕੁਲ ਬਣਤਰ ਇਹੋ ਜਿਹੀ ਆ। ਬੱਚਾ ਜਿਹੜਾ ਇੱਕ ਵਾਰੀ ਤੁਸੀਂ ਜ਼ਰੂਰ ਚੈੱਕ ਕਰੋ ਵੇਖ ਕੇ, ਆਹ ਕੱਟੀ ਹੈਗੀ ਆ। ਠੀਕ ਆ, ਕੱਟੀ ਇਸ ਦੇ ਨਾਲ ਆ, ਅਤੇ ਕੱਟੀ ਵੀ ਬਿਲਕੁਲ ਪਲੀ ਪਲਾਈ ਆ, ਹਿਲਦਾ। ਇਹ ਜਿਵੇਂ ਮੀਣੇ ਹੈ ਨਾ, ਮੀਣੇ ਪਸ਼ੂ ਆ, ਉੱਦਾਂ ਦਾ ਆ ਗਿਆ। ਇੱਧਰ ਇੱਕ ਸਿੰਘ ਨਹੀਂ ਹੈਗਾ, ਇੱਕ ਹਿਲਦਾ ਹੈ ਨਾ। ਅਤੇ ਕੱਦ ਕਾਠੀ ਦੋਸਤੋ ਉੱਚਾ, ਠੀਕ ਆ, ਮੈਂ ਦੂਰ ਤੋਂ ਤੁਹਾਨੂੰ ਥੋੜ੍ਹਾ ਜਿਹਾ ਵਿਖਾ ਦਿੰਦਾ ਇੰਨੀ ਕੁ ਦੂਰੀ ਤੋਂ, ਕੱਦ ਕਾਠ ਉੱਚੇ ਦੇ ਵਿੱਚ ਆ, ਅਤੇ 7 ਮਹੀਨੇ ਦੀ ਗੱਭੜ ਇਹ ਮਾਝ ਆ। ਤਕਰੀਬਨ ਅੱਗੇ ਕੋਈ 4-3.5 ਤੋਂ 4 ਮਹੀਨੇ ਸਾਰੇ ਰਹਿ ਗਏ ਆ ਸੂਣ ਦੇ ਵਿੱਚ, ਅਤੇ ਦੁੱਧ ਜਿਹੜਾ ਦੋਸਤੋ 4 ਲੀਟਰ ਆ, ਅਤੇ ਇੱਕ ਟਾਈਮ ਮਿਲਦੀ ਆ। ਅਤੇ ਇਹ ਫਿਰ ਵੀਰ ਬੱਚੇ ਤਾਂ ਮਿਲਦੀ ਆ, ਕੋਈ ਟੀਕਾ ਟੁੱਕਾ ਤਾਂ ਨਹੀਂ ਲਾਉਣਾ ਪੈਂਦਾ? ਨਹੀਂ, ਬੱਚੇ ਤਾਂ ਨਹੀਂ ਮਿਲਦੀ, ਪਰ ਭਾੜਾ ਪਾ ਕੇ ਪਤਮ ਪੈਂਦੀ ਹੈ, ਭਾੜਾ ਵੰਡਾ ਪਾ ਕੇ ਚਾੜਦੇ ਹੋ? ਹਾਂਜੀ ਚਾੜਦੇ, ਕੋਈ ਟੀਕਾ ਨਹੀਂ। ਠੀਕ ਆ, ਅਤੇ ਕਰਨ ਭਾਈ ਕਿੰਨੀ ਇਹਦੀ ਕਿੰਨੀ ਕੀਮਤ ਆ, ਮੁੱਲ ਕਿੰਨਾ? ਇਹਦਾ ਆਪਾਂ 70,000 ਕਰਦੇ ਹਾਂ। 70,000, ਜੇ 66,000 ਦੇ ਦਿੰਦਾ। ਠੀਕ ਆ, ਅਤੇ ਜਿੱਦਾਂ ਫਿਰ ਜੀ ਚਾੜਦੇ ਤੁਸੀਂ ਚਾਹੁੰਦੇ ਹੋ, ਅਤੇ ਕੱਟੀ ਬੇਸ਼ੱਕ ਆਪਾਂ ਨਾਲ ਦੇ ਦੇਣੀ ਆ ਜਾਂ ਕਿਵੇਂ? ਹਾਂਜੀ, ਜੇ ਕੋਈ ਕਹੂਗਾ ਤਾਂ ਆਪਾਂ ਦੇ ਦਿੰਦੇ। ਠੀਕ ਆ ਜੀ, ਠੀਕ ਆ ਵੀਰੇ, ਮਤਲਬ ਕਿ ਰੇਟ 70,000 ਆ, ਜਾਂ ਮਤਲਬ ਕਿ ਇਸ ਤੋਂ ਬਾਅਦ ਕੋਈ ਵਿੱਚ ਮਾਨ ਤਾਂ ਨਹੀਂ ਹੈਗਾ? ਕੋਈ ਮਾਨ ਤਾਂ, ਜੇ ਤੇ ਕੱਟੀ ਲੈ ਜੂਗਾ। ਹਾਂਜੀ, ਫਿਰ ਆਪਾਂ 70,000 ਦੀ ਆਪਾਂ ਕੋਈ ਛੋਟ ਹੀ ਕਰਾਂਗੇ। ਠੀਕ ਆ ਜੀ, ਅਤੇ ਜੇ ਕੱਟੀ ਨਹੀਂ ਕਰਨੀ ਫਿਰ ਆਪਾਂ 66,000 ਦੀ ਮੱਝ ਦੇ ਲਾਂਗੇ। ਠੀਕ ਆ, ਮਤਲਬ ਕਿ ਕੱਟੀ ਫਿਰ 3,000 'ਚ ਤੁਸੀਂ ਰੱਖ ਲਓਗੇ? ਹਾਂਜੀ, ਰੱਖ ਲਾਂਗੇ, ਮਤਲਬ 3,000 ਹੋਰ ਲੈਸ ਹੋ ਜੂਗਾ ਜੇਕਰ ਕੱਟੀ ਕੋਈ ਵੀਰ ਤੁਹਾਨੂੰ ਦੇ ਜਾਂਦਾ, ਕਿਉਂਕਿ ਅੱਗੇ ਆਪ ਚਾੜ ਪਹਾੜੇ 'ਤੇ ਮਿਲਦੀ ਆ। ਠੀਕ ਆ, ਟਾਈਮ ਵੀ ਥੋੜ੍ਹਾ ਰਹਿ ਗਿਆ, ਚਲੋ। ਹਾਂ, ਟਾਈਮ ਵੀ ਅੱਗੇ ਤਕਰੀਬਨ ਜੇ 7ਵੇਂ ਮਹੀਨੇ 'ਚ ਕੰਪਲੀਟ ਹੋ ਗਈ ਆ, ਜਾਂ ਅੱਧਾ ਪਜਦਾ ਲੈ ਗਈ ਆ 7ਵਾਂ ਮਹੀਨਾ, ਤਾਂ ਕੋਈ 3-3.5 ਮਹੀਨੇ ਨੇੜਾ ਹੋ ਜਾਣ ਵਾਲੀ ਆ। ਹਾਂਜੀ, ਅਤੇ ਕੱਟੀ ਰੱਖ ਕੇ ਮਤਲਬ ਕਿ ਤੁਸੀਂ ਕਹਿੰਦੇ ਵੀ 3,000 ਹੋਰ ਲੈਸ ਹੋ ਜੂਗਾ? ਠੀਕ ਆ ਜੀ, ਉਹ 'ਚੋਂ ਮਾਨਤਾ ਨਹੀਂ ਹੋਣਾ 66,000? ਹਾਂ, 66,000 ਦੇ ਵਿੱਚੋਂ, ਬਾਕੀ ਕੋਈ ਘਰ ਆਇਆ ਤਾਂ ਮਾਨਤਾ ਹੋਊਗਾ ਮੌਕੇ ਦਾ। ਠੀਕ ਆ ਦੋਸਤੋ, ਜ਼ਰੂਰ ਇਹ ਜਿਹੜੀ ਗੱਲ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ, ਜੇਕਰ ਤੁਸੀਂ ਕੱਟੀ ਵੀ ਨਾਲ ਲੈ ਕੇ ਜਾਣੀ ਆ, ਪਲੀ ਪਲਾਈ ਕੱਟੀ ਆ। ਠੀਕ ਆ ਜੀ, ਤਕਰੀਬਨ ਜੇਕਰ ਆਪਾਂ ਦੇਖੀਏ 7 ਮਹੀਨੇ ਦੀ ਗਾਭ ਆ ਮੱਝ, ਅਤੇ ਕੋਈ ਘੱਟੋ ਘੱਟ ਵੀ 1-1.5 ਤੋਂ ਬਾਅਦ ਬਣੀ ਵੀ ਹੋ ਸਕਦੀ ਆ, ਵੀ 8-9 ਮਹੀਨੇ ਦੀ ਜਿਹੜੀ ਆ, 8 ਮਹੀਨੇ ਤੋਂ 9 ਮਹੀਨੇ ਦੇ ਦਰਮਿਆਨ ਕੱਟੀ ਆ। ਜੇਕਰ ਕੱਟੀ ਲੈ ਜਾਓਗੇ ਦੋਸਤੋ ਤਾਂ 1,000-70,000 ਦੇ ਵਿੱਚੋਂ ਮਾਣ ਹੋ ਜੂ ਵੀਰਾਂ ਦਾ, ਵੀ ਜੇਕਰ ਕੱਟੀ ਤੁਸੀਂ ਨਹੀਂ ਲੈ ਕੇ ਜਾਣੀ, ਕੱਟੀ ਵਿੱਚੇ ਕਟਾਉਣੀ ਆ, ਵੀ 2-3,000 ਰੁਪਇਆ ਲੈਸ ਕਰਾਉਣਾ ਹੋਰ, ਅਤੇ 66,000 ਦੀ ਜਿਹੜੀ ਆ ਲਾਸਟ ਹੋ ਜੂ, ਅਤੇ 66,000 ਦੇ ਵਿੱਚੋਂ ਘਰ ਪਹੁੰਚਿਆ ਦਾ ਕੋਈ ਰਸਾ ਛਡਾਈ ਜਿੰਨਾ ਮਾਨਤਨ ਹੋਇਆ ਉਹੀ ਹੋ ਜੂਗਾ। ਠੀਕ ਆ ਭਾਈ? ਠੀਕ ਆ, ਅਤੇ ਕਰਨ ਭਾਈ ਇਸ ਤੋਂ ਬਾਅਦ ਹੋਰ ਆਪਾਂ ਕੀ ਇਹਨੂੰ ਖੋਲ੍ਹ ਕੇ ਤੋਰਨਾ ਰਹਿ ਗਿਆ ਜੀ, ਦਿਖਾਈਏ ਮਾੜਾ ਜੀ। ਠੀਕ ਆ, ਵੱਡੇ ਕੱਦ ਕੱਟ ਦੇ ਵਿੱਚ ਆ ਦੋਸਤੋ, ਅਤੇ ਬਿਲਕੁਲ ਜਿਹੜੀ ਆ ਭਰਮਾ ਪਿੰਡਾ। ਠੀਕ ਹੈ ਜੀ, ਸਰੀਰ ਭਰਮਾ ਹੈ ਵੱਡੇ ਕੱਦ ਕੱਟ ਦੇ ਵਿੱਚ,
ਅਤੇ ਬੇਸ਼ੱਕ ਤੁਸੀਂ ਜਿਹੜੀ ਵਿਜਿਟ ਕਰਕੇ ਤਸੱਲੀ ਕਰਕੇ ਚਵਾਈ ਇੱਕ ਟਾਈਮ ਦੀ ਜਿਹੜੀ ਹੈਗੀ ਆ, ਠੀਕ ਆ, 4 ਕਿਲੋ ਜਿਹੜਾ ਦੋਸਤੋ ਇੱਕ ਟਾਈਮ ਦੁੱਧ ਆ, ਨਾਲ ਗੱਬਣ ਆ, ਬਿਲਕੁਲ ਸਮਾਂ ਜਿਹੜਾ ਨੇੜੇ ਲੈ ਗਈ ਹੈ, ਤਕਰੀਬਨ ਨੇੜੇ ਲੈ ਗਈ ਹੈ ਸਮਾਂ ਖਿੱਚ ਕੇ, 7 ਕੁ ਮਹੀਨੇ ਦੇ ਜਿਹੜਾ ਦੋਸਤੋ ਦਰਮਿਆਨ ਜਿਹੜਾ ਸਮਾਂ ਚੱਲ ਰਿਹਾ, ਠੀਕ ਆ, ਅਤੇ ਬੇਸ਼ੱਕ ਧਿਆਨ ਦੇ ਵਿੱਚ ਰੱਖ ਕੇ ਤੁਸੀਂ ਵੀਰ ਦੇ ਨਾਲ ਸੌਦਾ ਕਰ ਲਿਓ। ਆਹ ਜਿਹੜਾ ਬੈਕ ਸਾਈਡ ਤੋਂ ਦੋਸਤੋ ਤੁਸੀਂ ਦੇਖ ਲਓ, ਠੀਕ ਆ ਜੀ, ਹਵਾਨਾ ਬਿਲਕੁਲ ਪੱਧਰ ਆ, ਕਿਸੇ ਵੀਰ ਨੂੰ ਕੋਈ ਡਾਊਟ ਨਾ ਰਹਿ ਜੇ ਕਿਸੇ ਪਾਸਿਓਂ ਵੀ। ਆਹ ਬੈਕ ਸਾਈਡ ਤੋਂ ਵੇਖੋ ਤੁਸੀਂ, ਬਿਲਕੁਲ ਪੱਧਰ ਥਣਦੇ ਵਾ, ਠੀਕ ਆ ਜੀ, ਅਤੇ ਆਹ ਕਰੋ ਚੈੱਕ ਜੀ, ਠੀਕ ਆ, ਥਣ ਵੀ ਜ਼ਿਆਦਾ ਸੋਹਣਾ ਹੈ ਦੋਸਤੋ, ਠੀਕ ਆ, ਬਿਲਕੁਲ ਮੁੱਠੀ ਵਾਲਾ ਥਣ ਲੱਗਾ ਮੱਝ ਦੇ, ਅਤੇ ਬਿਲਕੁਲ ਜਿਹੜਾ ਰੇਟ ਆ ਅਤੇ ਬਿਲਕੁਲ ਕਲੀਅਰ ਕਰਤਾ ਵੀਰ ਨੇ। ਬਾਕੀ ਤੁਸੀਂ ਗੱਲਬਾਤ ਲਗਾਤਾਰ ਜਿਹੜੇ ਨੰਬਰ ਆ ਦੋਸਤੋ ਮੈਂ ਬਿਲਕੁਲ ਸਕਰੀਨ ਦੇ ਨੀਚੇ ਚੱਲਦੇ ਕਰਦੇ ਨੇ ਹੁੰਦੇ ਆ। ਸੋ ਵੀਰ ਜੀ, ਬੰਨ ਕੇ ਨੂੰ ਤਾਂ ਆਪਾਂ ਇੱਕ ਬੈਠ ਵੀ ਜ਼ਰੂਰ ਦਿਖਾ ਦਈਏ, ਇੱਕ ਦੋਸਤੋ ਲਾਸਟ ਐਂਡ ਫਾਈਨਲ 'ਤੇ ਜਿਹੜੀ ਇੱਕ ਬੈਠ ਤੁਹਾਨੂੰ ਦਿਖਾਉਣੀ ਆ, ਅਤੇ ਬੈਠ ਕਰਨ ਬਾਈ ਘਰ ਦੀ ਬੈਠ ਹੀ ਆਪਣੇ ਜਾਂ ਆਪਾਂ ਖਰੀਦੀ ਹੋਈ ਆ, ਘਰ ਦੀ ਬੈਠ ਹੀ ਆ, ਅਤੇ ਕਿੰਨਾ ਕੁ ਟਾਈਮ ਹੋਊਗਾ ਇਹਨੂੰ ਸੂਈ ਨੂੰ? ਵੈਸੇ ਇਹਨੂੰ ਸੂਈ ਨੂੰ ਮਤਲਬ 2.5 ਤੋਂ 3 ਮਹੀਨੇ ਹੋ ਗਏ। 2.5-3 ਮਹੀਨੇ? ਬੱਚਾ ਦੇ ਥੱਲੇ ਤਾਂ ਨਹੀਂ ਹੈਗਾ? ਬੱਚਾ ਨਹੀਂ ਹੈਗਾ। ਤੇ ਮਿਲਦੀ ਕਿਵੇਂ ਆ ਜੀ? ਹਾਂਜੀ, ਬਸ ਇਦਾਂ ਹੀ ਚਾੜ ਤੇ, ਪਹਾੜੇ ਵੰਡੇ ਚਾੜ ਤੇ ਹੀ, ਕੋਈ ਲੱਤ ਨਹੀਂ, ਕੋਈ ਜੂੜ ਨਹੀਂ ਪਾਉਣਾ। ਅੱਛਾ ਜੀ, ਕੋਈ ਰੱਸੀ ਨਹੀਂ ਪਾਉਣੀ। ਠੀਕ ਆ ਜੀ, ਹਾਂਜੀ, ਤੇ ਦੂਜਾ ਸੂਈ ਸੂਈ ਸੀ ਨਾ? ਹਾਂਜੀ, ਦੂਜਾ ਸੂਈ ਸੂਈ ਤੀਜੇ ਜਿਹਾ ਗੱਬਣਾ। ਤੇ ਗੱਬਣ ਹੋਈ ਨੂੰ ਵੀਰ ਕਿੰਨਾ ਕੁ ਟਾਈਮ ਹੋ ਗਿਆ? ਇਹਨੂੰ 1 ਮਹੀਨਾ 20 ਦਿਨ ਹੋ ਗਏ। ਮਤਲਬ ਕਿ ਟੀਕਾ AI ਕਰਵਾਈ ਆ? ਹਾਂਜੀ, ਠੀਕ ਆ ਜੀ, ਹਜੇ ਚਲੋ ਪੱਕਾ ਤਾਂ ਨਹੀਂ, ਬਾਕੀ ਤੁਹਾਨੂੰ ਪਤਾ ਹੀ ਹੋਵੇਗਾ ਵੀ ਇਹ ਖੜ ਗਈ ਹੋਵੇਗੀ ਜੀ। ਹਾਂਜੀ, ਅੱਗੇ ਵੀ ਹਰ ਰਹੀ ਆ, ਖੜ ਜਾਂਦੀ ਆ। ਖੜ ਜਾਂਦੀ ਹੈ ਜੀ, ਠੀਕ ਆ ਠੀਕ ਆ। ਤੇ ਇਹਦਾ ਵੀਰ ਮੁੱਲ ਕੀ ਕਰਦੇ ਆ, ਤੇ ਦੁੱਧ ਕਿੰਨਾ ਹੁਣ ਆਪਾਂ ਚਵਾ ਦਾਂਗੇ ਜਿਹੜਾ ਘਰੇ ਆਇਆ? ਦੁੱਧ ਇਹਦਾ ਮਤਲਬ 11-12 ਕਿਲੋ। 11-12 ਕਿਲੋ? ਹਾਂਜੀ, ਠੀਕ ਆ ਜੀ, ਵੀ ਜਿਹੜਾ 11-12 ਹੀ ਹੋਊਗਾ, ਮਤਲਬ ਕਿ 10 ਨਹੀਂ ਹੁੰਦਾ? 10 ਨਹੀਂ ਹੁੰਦਾ, ਠੀਕ ਆ। ਹਾਂਜੀ, ਤੇ ਇਹ ਵੀ ਵੀਰ ਦਿਖਾਈਏ ਖੋਲ ਕੇ, ਲਓ ਵੀ ਦੋਸਤੋ ਕਰੋ ਚੈੱਕ, ਠੀਕ ਆ ਜੀ। ਆਹ ਥਣ ਦੀ ਸ਼ੇਪ ਜੇ ਹਵਾਨਾ ਤੁਸੀਂ ਵੇਖ ਲੈਣਾ, ਅਤੇ 11-12 ਦੇ ਦਰਮਿਆਨ ਜਿਹੜੀ ਚੱਲਦੀ ਪਈ ਆ, ਅਤੇ ਵੀਰਾਂ ਦਾ ਵੀ 11 ਹੋ ਜੂਗਾ, ਇਹ ਨਹੀਂ ਹੋਊਗਾ ਵੀ 10 ਹੋ ਜੇ। ਅਤੇ ਬੇਸ਼ੱਕ ਆਪਦੀ ਤਸੱਲੀ ਤੁਸੀਂ ਘਰ ਵਿਜਿਟ ਕਰਕੇ ਕਰ ਲਿਓ, ਮਹੀਨੇ ਤੋਂ ਕੋਈ 1-2-4 ਦਿਨ ਉੱਪਰ ਟੱਪਣ ਡਿਆ, ਠੀਕ ਆ, ਮਹੀਨੇ ਤੋਂ ਉੱਤੇ ਜਿਹੜੀ AI ਨੂੰ ਹੋਈ ਨੂੰ ਸਮਾਂ ਹੋ ਗਿਆ, ਠੀਕ ਹੈ। ਹਾਂਜੀ ਹਾਂਜੀ, ਠੀਕ ਆ ਜੀ, ਆਹ ਥਾਣਾ ਦੇਖ ਲਓ ਜੀ ਬੈਕ ਸਾਈਡ ਤੋਂ, ਠੀਕ ਆ, ਬਿਲਕੁਲ ਮੁੱਠੀ ਦਾ ਥਾਣਾ, ਤੇ ਚਵਾਈ ਵੀਰ ਚੌਂ ਥਾਣਾ ਦੀ ਬਿਲਕੁਲ ਓਕੇ? ਹਾਂਜੀ ਓਕੇ ਓਕੇ, ਵੀ ਕਿਸੇ ਵਿੱਚ ਕੋਈ ਡਿਫੈਕਟ ਨਹੀਂ ਹੋਣਾ? ਕੋਈ ਡਿਫੈਕਟ ਨਹੀਂ, ਸਾਰੇ ਚੰਨ ਚੱਲਦੇ, ਪੂਰੇ ਚੱਲਦੇ ਨੇ, ਯਾ ਕੋਈ ਠੰਡੀ ਵੈੜ ਆ, ਕੋਈ ਗੱਲ ਬਾਤ ਨਹੀਂ, ਜਿੱਦਾਂ ਮਰਜ਼ੀ ਹੱਥ ਨੂੰ ਲੱਗਾ, ਕੋਈ ਚੂਰ ਨਹੀਂ, ਕੋਈ ਰੱਸੀ ਨਹੀਂ ਪਾਈਦੀ, ਬਿਲਕੁਲ। ਆਹ ਜਿਹੜਾ ਦੋਸਤੋ ਤੁਸੀਂ ਥਾਣਾ ਜਿਹੜਾ ਬਹਿਣੀ ਵਾਲੇ ਪਾਸੇ ਤੋਂ ਚਵਾਈ ਕਰਦੇ ਆ, ਉੱਧਰ ਤੁਸੀਂ ਥਾਣਾ ਜ਼ਰੂਰ ਦੇਖ ਲਓ ਆ ਵੇਖੋ। ਠੀਕ ਆ, ਤੇ ਕਰਨ ਭਾਈ ਕਿੰਨਾ ਕੁ ਮੁੱਲ ਇਸ ਬੈਡ ਦਾ ਫਿਰ, ਕਿੰਨੀ ਕੁ ਡਿਮਾਂਡ ਕੀਤੀ? ਇਹਦਾ ਆਪਾਂ 40,000 ਕਰਦੇ। 40,000? ਹਾਂਜੀ, ਕੁਛ ਇਹਦੇ 'ਚੋਂ ਵੀ ਲੈਸ ਲੁਸ ਹੈਗੀ ਮੌਕੇ ਦੀ? ਹੁਣ 2,000 ਕਰ ਲਾਂਗੇ, 38 ਦੀ ਹੁੰਦੀ ਆ। ਹਾਂਜੀ, ਠੀਕ ਆ, ਹਾਂਜੀ, ਤੇ 38 ਦੀ ਦੋਸਤੋ ਬਹੁਤ ਚੰਗੀ ਗਾਈ, ਬਹੁਤ ਵਧੀਆ, ਠੀਕ ਆ ਜੀ, 38 ਦੀ ਬੈਡ ਹੋ ਜੂਗੀ ਦੋਸਤੋ, ਠੀਕ ਆ, 40,000 ਵੀਰ ਨੇ ਮੰਗ ਕੀਤੀ ਆ, ਤੇ ਮਹੀਨੇ ਤੋਂ ਉੱਪਰ ਕਿੰਨੇ ਕੁ ਦਿਨ ਟੱਪਣ ਦਾ ਵੀਰ AI ਕਰਵਾਈ ਨੂੰ? ਮਤਲਬ 10-15 ਦਿਨ। 1.5 ਮਹੀਨਾ ਟੱਪਾ ਹੋ ਗਿਆ? ਹਾਂਜੀ, 1.5 ਤੋਂ ਅੰਦਰ ਹੀ ਹੋਊਗਾ। 1.5 ਤੋਂ ਅੰਦਰ ਹੀ ਆ, ਠੀਕ ਆ, ਤੇ 1.5 ਤੋਂ ਜਿਹੜਾ ਦੋਸਤੋ 1.5 ਮਹੀਨੇ ਦੇ ਬਿਲਕੁਲ ਅੰਦਰ ਬਾਰ ਸਮਾਂ ਹੈਗਾ, ਠੀਕ ਆ ਜੀ, 1.5 ਮਹੀਨਾ ਜਾਂ ਮਤਲਬ ਕਿ ਮਹੀਨਾ ਉੱਪਰ 10 ਕੁ ਦਿਨ ਤੁਸੀਂ ਮੰਨ ਕੇ ਜਿਹੜਾ ਇਹ ਬੈਡ ਖਰੀਦ ਸਕਦੇ ਜੀ, ਠੀਕ ਆ। ਵੀਰਾਂ ਦਾ ਵੀ ਹਰ ਵਰਿਆਈ ਆ, ਬਾਕੀ 100% ਜਿਹੜੀ ਗੱਬਣ ਠਹਿਰ ਜੂਗੀ, ਸੋ ਤੁਸੀਂ ਆਪਣੀ ਤਸੱਲੀ ਆ ਆਪਣੇ ਬਿਲਕੁਲ ਸੋਚ ਸਮਝ ਦੇ ਹਿਸਾਬ ਨਾਲ ਜਿਹੜਾ ਸੌਦਾ ਕਰ ਸਕਦੇ ਹੋ, ਬਾਕੀ ਥਣ ਥੁਣ ਜਿਹੜਾ ਦੋਸਤੋ ਚੰਗਾ ਵਿਖਾਉਂਦੀ ਆ, ਠੀਕ ਆ,
ਅਤੇ ਮੁੱਲ ਜਿਹੜਾ 38,000 ਆ, ਠੀਕ ਆ ਜੀ। 38,000 ਦੇ ਵਿੱਚੋਂ ਕੋਈ ਥੋੜ੍ਹਾ ਬਹੁਤਾ ਜਿਹੜਾ ਮੌਕੇ ਦਾ ਕੋਈ ਮਾਨਤਨ ਹੋ ਜੂਗਾ। 40,000 ਡਿਮਾਂਡ ਸੀਗੀ। ਅਤੇ ਕਰਨ ਭਾਈ ਕਿੰਨਾ ਨੰਬਰ, ਕਿੰਨੇ ਸੰਪਰਕ ਆਪਣੇ ਵੀ ਜ਼ਰੂਰ ਦੱਸ ਦੀਏ। 81-64 96-65 ਠੀਕ ਹੈ ਜੀ। 81-64 ਹਾਂਜੀ 96-65 ਠੀਕ ਹੈ ਜੀ ਹਾਂਜੀ। ਅਤੇ ਸੋ ਦੋਸਤੋ ਤੁਸੀਂ ਖਾਸ ਵਿਜਿਟ ਜਿਹੜੀ ਹੈਗੀ ਆ ਪਿੰਡ ਹੀਰਾਂ ਕਰਨੀ ਆ, ਠੀਕ ਆ ਜੀ। ਮਸ਼ਹੂਰ ਪਿੰਡ ਆ ਬਿਲਕੁਲ, ਨਕੋਦਰ ਤੋਂ ਵੀ ਤੁਸੀਂ ਆ ਸਕਦੇ ਹੋ, ਕਾਲੇ ਸੰਘਿਆ ਥਾਣੀ ਵੀ ਆ ਸਕਦੇ, ਲੋਹੀਆਂ ਤੋਂ ਕਾਲੇ ਸੰਘਿਆ ਰੋਡ ਜਿਹੜਾ ਨਕੋਦ ਆਪਣਾ ਨਕੋਦਰ ਨੂੰ ਆਉਂਦਾ ਉਸ 'ਤੇ ਵੀ ਤੁਸੀਂ ਆ ਸਕਦੇ ਹੋ, ਠੀਕ ਹੈ ਜੀ। ਕੰਗ ਸਾਹਿਬ ਹਾਂਜੀ ਮੁੱਦਾਂ ਗੇਟ ਬਣਿਆ, ਹਾਂਜੀ ਮੁੱਦਾਂ ਉੱਥੋਂ ਵੀ ਆ ਸਕਦੇ, ਮਸ਼ਹੂਰ ਆ ਬਿਲਕੁਲ ਹਾਂਜੀ ਬਿਲਕੁਲ। ਇੱਧਰੋਂ ਆਉਣਾ ਹੁਸੈਨਪੁਰ ਤੋਂ ਨਗੀਨਾ ਫੋਰਡ ਪੈਲਸ ਤੋਂ ਸਿੱਧੀ ਸੜਕ ਹੀਰਾਂ ਆਉਂਦੀ ਹੈ ਬਿਲਕੁਲ ਹਾਂਜੀ ਠੀਕ ਆ। ਹਰ ਪਾਸਿਓ ਦੋਸਤੋ ਲੋਕੇਸ਼ਨ ਲਾ ਕੇ ਤੁਸੀਂ ਕਾਫੀ ਪਿੰਡ ਮਸ਼ਹੂਰ ਆ, ਬਾਕੀ ਮੱਲੀਆਂ ਤੋਂ ਆਉਣਾ ਖੋਸਿਆਂ ਥਾਣੀ ਸਿੱਧੀ ਹੀਰਾਂ ਆਉਂਦੀ ਹੈ, ਠੀਕ ਹੈ। ਇਹ ਵੀਰੇ ਫਿਰ ਇਹ ਲੇਖਕ ਦਾ ਪਿੰਡ ਆ, ਵਿਜੇ ਧਾਮੀ ਦਾ ਪਿੰਡ, ਹਾਂਜੀ ਵਿਜੇ ਧਾਮੀ ਦਾ ਪਿੰਡ, ਠੀਕ ਆ ਠੀਕ ਆ। ਮਹਾਨ ਜਿਹੜਾ ਦੋਸਤੋ ਆਪਣੇ ਲੇਖਕ ਨੇ ਵਿਜੇ ਧਾਮੀ, ਬਹੁਤ ਮਸ਼ਹੂਰ ਗਾਇਕਾਂ ਨੂੰ ਜਿਨ੍ਹਾਂ ਨੇ ਬਹੁਤ ਵਧੀਆ ਚੰਗੇ ਗੀਤ ਦਿੱਤੇ, ਪੰਜਾਬੀ ਸੱਭਿਆਚਾਰ ਦੀ ਬਹੁਤ ਵੱਡੀ ਸੇਵਾ ਕੀਤੀ ਹੈ, ਬਹੁਤ ਵੱਡਾ ਨਾਮ ਹੈ ਬਾਈ ਵਿਜੇ ਧਾਮੀ ਦਾ, ਇਸੇ ਪਿੰਡ ਤੋਂ ਬਿਲੋਂਗ ਕਰਦੇ ਆ, ਹੇਰਾਂ ਤੋਂ, ਠੀਕ ਆ ਜੀ। ਅਤੇ ਬਾਕੀ ਕਰਨ ਬਾਈ ਮਿਹਰਬਾਨੀ, ਠੀਕ ਹੈ ਜੀ।